ਅੱਛਾ ਸ਼ੁਰੂ ਨਹੀਂ ਹੈ। ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ YouTube ਚੈਨਲ ਤੇ ਸਵਾਗਤ ਕਰਦੇ ਆ, ਉਮੀਦ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਵੋਗੇ। ਤੇ ਮੈਂ ਚੱਲੀ ਹਾਂ, ਨੱਚ ਜ਼ਿਆਦਾ ਲਿਆ ਸੀ ਤੇ ਹੁਣ ਕਿ ਹੁਣ ਮੈਂ ਮੈਡੀਸਿਨ ਲੈਣ ਚੱਲੀ ਤੇ ਨਾਲ ਮੈਂ ਆਪਣੀ ਸ਼ੋਪਿੰਗ ਕਰਨੀ ਤੇ ਜਤਿੰਦਰ ਸਿੰਘ ਰਹਿਣ ਕਰੇ ਕਿਉਂਕਿ ਸਾਰੀ ਸ਼ੋਪਿੰਗ ਹੋ ਗਈ ਤੇ ਗੁਰਨਵਾਜ ਦੀ ਵੀ ਹੋ ਗਈ, ਮੇਰੀ ਇਕੱਲੀ ਦੀ ਰਹਿੰਦੀ ਤੁਹਾਨੂੰ ਪਤਾ ਮੈਂ ਕੁਛ ਲਿਆਉਣ ਵੀ ਚੱਲੀ ਨੇ ਤੇ ਉਹਦੇ ਕਰਕੇ ਮੈਂ ਆਪਣੇ ਦੁਪੱਟੇ ਜਿਹੜੇ ਉਹਨਾਂ ਦੀਆਂ ਲੈਸਾਂ ਵਗੈਰਾ ਖਰੀਦੂੰਗੀ ਤੇ ਨਾਲ ਸਮਾਨ ਲੈ ਕੇ ਜੋ ਵੀ ਲੈ ਕੇ ਤੁਹਾਨੂੰ ਦਿਖਾਊਂਗੀ ਤੇ ਆਪਾਂ ਚੱਲਦੇ ਸ਼ਹਿਰ। ਹਾਂਜੀ ਤੇ ਤੁਸੀਂ ਮੈਨੂੰ ਫੋਨ ਨਹੀਂ ਕਰਨਾ, ਜਦੋਂ ਜਿੱਦਾਂ ਦਾ ਘਰ ਹੁੰਦੇ ਨਾ ਉਹਦੇ ਨਾਲ ਮੈਨੂੰ ਕਹੀ ਜਾਣਾ ਛੇਤੀ ਆ ਛੇਤੀ ਆ ਜਾ, ਫਿਰ ਮੇਰਾ ਫੋਕਸ ਨਹੀਂ ਰਹਿੰਦਾ ਸ਼ੋਪਿੰਗ ਕਰਨ 'ਤੇ। पटाक तो बहर नहीं आन डे चाची गई है अपनी भैन शॉपिंग कर संदीप ना, वो थोड़ा उन्हें समान लेना है ते मैं लगा बंब चला तो उन्हें डरदा नहीं आन डा बचे दिवाली दे बंब चल लगा है बंब आना चाची गए शॉपिंग कर अपने संदीप जी जी ने आना मंग रहा मैगी तो मैं मैगी बना रहे हैं तो इन्हें वधिया जी मैगी खवाऊगा चाची चाचू तो इन्हें दसूगी कि मैगी किदा दी बनी है। ठीक है गंडे कर दूंगी गंदे नहीं खाती है तो मैं खाना फिर थोड़े जे पा दें ओके सुनाओ जागो जां चूड़ा वगैरह सारा कुछ मतलब ये शॉप तो तुहानू मिल जूगा, तुसी जदों मर्जी आके इत्थे विजिट कर सकदे हो ते डिस्काउंट भी देणगे जेकर तुसी मेरा नाम लैंदे हो। हुण जे आपां क्लीनअप दीदी ने करता हुण मैनूं जल्दी जल्दी होंदा कि मैं फ्री होकर घरे जावां क्योंकि टाइम बहुत लग गया ते पर दीदी ने मेरे लिए बेचारी ने टाइम कढ लिया ते मैनूं फ्री करता क्योंकि मैं काफ़ी टाइम तो ही जानती हाँ तो इस करके मेरे लिए टाइम कढणगे कढणगे ते उहदे अगर दूजे जिहड़े कस्टमर जो भी आ उधर सदे आ ते काफ़ी दीदी ने वड्डा इधर काफ़ी बना लिया पहला भी काफी ਵੱਡਾ ਹੀ ਹੁਣ ਵੀ ਜਿਆਦਾ ਰਹਾ ਹੋ ਗਿਆ ਕਿਉਂਕਿ ਉਹ ਰਸ਼ ਜਿਆਦਾ ਹੁੰਦਾ ਨਾ ਇਸ ਕਰਕੇ ਹਾਂਜੀ ਬ੍ਰਾਈਡਲਸ ਜ਼ਿਆਦਾ ਹੁੰਦੀ ਆ ਨਾ ਹਾਂਜੀ ਹੁਣ ਤੇ ਸੀਜ਼ਨ ਵੈਸੇ ਸ਼ੁਰੂ ਹੋਣਾ ਫਿਰ ਦੀ ਟਾਈਮ ਘੱਟ ਲੱਗੇਗਾ ਨਾ ਸਾਡੇ ਨਹੀਂ ਨਹੀਂ ਤੁਹਾਡੇ ਲਈ ਹਮੇਸ਼ਾ ਹੀ ਟਾਈਮ ਹੈ ਹਾਂਜੀ ਚਲੋ ਹੁਣ ਆਪਾਂ ਚੱਲਦੇ ਆ ਘਰੇ ਆ ਗਏ ਇਹ ਕੌਣ ਆਇਆ ਹੈ ਆਪਣਾ ਰਸਤਾ ਨਹੀਂ ਆ ਗਏ ਆਈ ਨਹੀਂ ਬੁਆ ਖੋਲਣਾ ਕੀ ਲਈ ਤੈਨੂੰ ਜਿਹੜਾ ਕੰਮ ਕਿਹਾ ਹੈ ਬਰਗਰ ਲੈ ਲੈ ਮੈਂ ਬਰਗਰ ਮਿਲਦਾ ਮੈਂ ਲੈਣ ਤੋਂ ਬਗਾ ਜਾਣਾ ਨਹੀਂ ਮੇਰੀ ਕੋਈ ਨਹੀਂ ਬਰਗਰ ਮੰਗਿਆ ਮੈਂ ਲੈ ਕੇ ਜਾਵਾਂ ਕੁੜੀ ਬੁਰੀ ਖੁਸ਼ੀ ਹੁਣ ਮੈਂ ਆਪਣੇ ਮੁੱਤੇ ਲਈ ਬੋਤਲ ਲੈ ਕੇ ਆ ਦੁੱਧੂ ਗੰਮ ਕਰਨ ਵਾਲੀ ਪਾਪਾ ਲੈ ਗਏ ਨੇ ਤਾਂ ਕੰਟੀਨ ਚ ਮੈਂ ਲੈਂਦੀ ਆ ਨਾ ਇਹ ਮੁੱਤੇ ਆ ਕੰਟੀਨ ਚ ਸਸਤੀ ਮਿਲ ਜਾਣੀ ਮਹਿੰਗੀ ਚੁੱਕ ਲਈ 775 ਦਿੱਤੀ ਭਾਈ ਵਧੀਆ ਕਿੰਨੀ ਆ ਤੇ ਉੱਥੋਂ ਮੇਰੇ ਹਿਸਾਬ ਨਾਲ ਮਿਲ ਜਾਣੀ ਸੀ ਸਰ ਆਂਦੇ ਹੁੰਦੇ ਨਾ ਚਾਰ ਸਾਢੇ ਚਾਰ ਕੁੜੀਆਂ ਆਪਣਾ ਸਮਾਨ ਲੈ ਲੈਂਦੀਆਂ ਤੇ ਘਰ ਵਾਲਿਆਂ ਲਈ ਇੱਕੋ ਚੀਜ਼ ਲੈ ਕੇ ਆਉਂਦੀਆਂ ਜਰਾਬਾ ਘਰ ਵਾਲੇ ਜਰਾਬਾ ਜੋਗੇ ਹੁੰਦੇ ਮੇਰੇ ਭਰਾ ਹੈਗੇ ਦੋ ਦਰਦੇ ਨਹੀਂ ਹਨ 400 ਦੀਆਂ ਲੈ ਗਏ ਬੇਇੱਜ਼ਤੀ ਕਰਦੇ ਆ आप एहो बर्गर डीकन डे इसे करके अदों दे चाची चाची डीकन ने डीकना नहीं है ਕੋਈ ਹਾਲਤ ਕਰ ਜਾ ਸੂਟ ਸੀ ਪਰ ਨੇ ਉਧਰ ਚਲ ਜਾਨੇ ਨਹੀਂ ਲੜਦੇ ਜਾਓ ਜਾਓ
ਕੰਪਲੀਟ ਸ਼ਾਪਿੰਗ ਹੋ ਗਈ ਕੰਪਲੀਟ ਅਜੇ ਵੀ ਰਿੰਤਾ ਕੁਝ ਕੀ ਰਹਿ ਗਿਆ ਫੇਸ਼ੀਅਲ ਬਲੀਚ ਰਹਿੰਦੇ ਤੇਰਾ ਭੋਲਾ ਨਹੀਂ ਲੈਸਾਂ ਵੀ ਲੱਗਣਗਾ ਬੜੇ ਕੁਝ ਅਜੇ ਮੈਂ ਸੂਟ ਦੋ ਹੋਰ ਨਹੀਂ ਅਜੇ ਹੋਰ ਨਹੀਂ ਰੱਜ ਹੋਣ ਜਾ ਮੈਂ ਵੇਖਿਆ ਜੀ ਜਦੋਂ ਐਂਡ ਤੱਕ ਬਰਾਤ ਤੇ ਸਗਨ ਤੇ ਤੁਰਦਿਆਂ ਤੁਰਦਿਆਂ ਵੀ ਤੁਸੀਂ ਹਵਾਲ ਹੀ ਰਹਿਣਾ ਤੁਹਾਡਾ ਬਹੁ ਉਹ ਥੋੜੀ ਲੈਣ ਗਿਆ ਵੀ ਚਾਹੀਦੇ ਨਾ ਮੈਂ ਵੇਲੇ ਇੱਕੋ ਵਾਰੀ ਸੋਚ ਰੱਖਦੀਆਂ ਇੱਕੋ ਵਾਰੀ ਦਸ ਬਾਰਾਂ ਰੁਪਈਆ ਲਾ ਕੇ ਵੇਹਲੇ ਹੁਣ ਕੋਈ ਉਹ ਦਸ ਬਾਰਾਂ ਹਜ਼ਾਰ ਲਾਉਂਦੇ ਕੱਪੜਾ ਲੀੜਾ ਲੈਣ ਦੀ ਲੋੜ ਹੀ ਨਹੀਂ ਐਡੀਆਂ ਹੀ ਪਾਗਲਾਂ ਦੋਵੇਂ ਭੈਣਾਂ ਸੰਦੀਪ ਨੂੰ ਮੈਂ ਕਿਹਾ ਵੀ ਉੱਥੇ ਆ ਜਾ ਪੁਤਲੀ ਘਰ ਕਹਿੰਦੀ ਮੈਂ ਨਹੀਂ ਆਉਣਾ ਤੂੰ ਇੱਥੇ ਆ ਜਾ ਹਰਤੇਜ ਉੱਥੇ ਜਿੱਥੋਂ ਕੱਪੜੇ ਨਹੀਂ ਲੈਂਦੇ ਆ ਉੱਥੇ ਆ ਜਾ ਤੇ ਮੈਂ ਕਿਹਾ ਵੀ ਨਹੀਂ ਮੈਨੂੰ ਇੱਥੇ ਟਾਈਮ ਉੱਧਰ ਮੈਂ ਗਈ ਤੇ ਉੱਧਰ ਮੈਂ ਲੈਣੀਆਂ ਲੈਣੀਆਂ ਮੈਂ ਉਹਦੇ ਕਰਕੇ ਹਰਤੇਜ ਚਲ ਗਈ ਉਹ ਮੈਂ ਜਿਨ ਚਿਰ ਹਰਤੇਜ ਪਹੁੰਚੀ ਉਹ ਉਨ੍ਹਾਂ ਚਿਰ ਪੁਤਲੀ ਘਰ ਚਲ ਗਈ ਮੈਂ ਚੱਲ ਤੁਲੀ ਜਾ ਹੁਣ ਤਾਂ ਸੂਟ ਮਿਲਣਾ ਮੈਂ ਚੱਲ ਤੇਰਾ ਕੋਰੀਅਰ ਕਰਦਾ ਚਲ ਗਈ ਵਿਚਾਰੀ ਹਾਰ ਕੇ ਤੁਹਾਡਾ ਦਿਮਾਗ ਸਹੀ ਦੋਵਾਂ ਦਾ ਇੱਕ ਨੇ ਕਿਹਾ ਤੇ ਉੱਥੇ ਚਲ ਜਾਓ दाल नहीं पसंद आंदी है ना दाल नहीं पसंद आंदी परसों दाल खाधी कल भी दाल खाधी दाल खाधी ਮੈਰਿਜ ਕਰਕੇ ਤੁਹਾਨੂੰ ਪਤਾ ਥੋੜਾ ਜਿਹਾ ਬਿਜ਼ੀ ਆ ਤੇ ਅੱਜ ਬੜੀਆਂ ਹੀ ਦੀਦੀਆਂ ਨੇ ਮੈਨੂੰ ਵਧਾਈ ਦੇਣ ਵਾਸਤੇ ਫੋਨ ਕੀਤਾ ਮੈਨੂੰ ਲੱਗਦਾ ਜਿਹੜੇ ਮੈਂ ਨਾਮ ਯਾਦ ਉਹਨਾਂ ਦਾ ਲੈਣੀ ਇੱਕ ਯੂਪੀ ਤੋਂ ਅਸੀਂ ਇੱਕ ਇੰਗਲੈਂਡ ਤੋਂ ਅਸੀਂ ਕਾਫੀ ਜਾਣੇ ਜਾਣੇ ਕਿ ਕਾਫੀ ਫੋਨ ਮੈਨੂੰ ਅੱਜ ਆਏ ਮੈਂ ਥੋੜ੍ਹਾ ਬਿਜ਼ੀ ਅਤੇ ਮੈਂ ਸਾਰਿਆਂ ਨੂੰ ਕਿਹਾ ਕਿ ਮੈਂ ਫਰੀ ਹੋ ਕੇ ਤੁਹਾਡੇ ਨਾਲ ਗੱਲ ਕਰੂੰਗੀ ਅਤੇ ਥੋੜ੍ਹਾ ਸਾਨੂੰ ਜਿੰਨੇ ਚਿਰ ਤੱਕ ਮੈਰਿਜ ਉਹਨਾਂ ਤੱਕ ਅਸੀਂ ਅਜੇ ਬਿਜ਼ੀ ਰਹਿਣਾ ਕਿਉਂਕਿ ਤੁਹਾਨੂੰ ਥੋੜ੍ਹਾ ਥੋੜ੍ਹੇ ਕੁ ਦਿਨ ਹੀ ਰਹਿ ਗਏ ਆ ਅਤੇ ਇਹਦੇ ਕਰਕੇ ਅਤੇ ਸੋ ਤੁਸੀਂ ਸਾਡੇ ਅੱਜ ਵਾਲੇ ਵਲੋਗ ਨੂੰ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਸੱਚ ਇੱਕ ਗੱਲ ਹੋਰ ਤੁਹਾਡੀ ਇੱਕ ਕੱਲ੍ਹ ਵਾਲੇ ਵਲੋਗ ਵਿੱਚ ਬਹੁਤ ਵੱਡਾ ਸਰਪ੍ਰਾਈਜ਼ ਆ ਜੋ ਸਾਡੀ ਬੜੀ ਖੁਸ਼ੀ ਦਾ ਦਿਨ ਹੋਊਗਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਅਤੇ ਤੁਸੀਂ ਸਾਡੇ ਨਾਲ ਇੱਦਾਂ ਬਣੇ ਰਹੋ ਇੱਦਾਂ ਹੀ ਪਿਆਰ ਕਰਦੇ ਰਹੋ ਜਿਹੜਾ ਤੁਸੀਂ ਪਿਆਰ ਕਰਦੇ ਇਹਦੇ ਨਾਲ ਅਸੀਂ ਤੁਰੇ ਫਿਰਦੇ ਅਤੇ ਇਸ ਕਰਕੇ ਤੁਸੀਂ ਅੱਜ ਵਾਲੇ ਵਲੋਗ ਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਅਤੇ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਆਪਾਂ ਕੱਲ੍ਹ ਨੂੰ ਵਧੀਆ ਵਲੋਗ ਲੈ ਕੇ ਆਵਾਂਗੇ ਲੰਬਾ ਲੈ ਕੇ ਆਵਾਂਗੇ ਥੋੜ੍ਹਾ ਛੋਟਾ ਲੈ ਕੇ